ਪਿਛਲੇ 18 ਦਿਨਾਂ ਤੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਗੰਨਾ ਕਿਸਾਨਾਂ ਵੱਲੋਂ ਗੁਰਦਾਸਪੁਰ ਦੀ ਸ਼ੂਗਰ ਮਿੱਲ ਪਨਿਆੜ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅੱਜ ਧਰਨੇ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਪਹੁੰਚੇ ਅਤੇ ਉਹਨਾਂ ਨੇ ਕਿਸਾਨਾਂ ਨੂੰ ਆਸਵਾਸਨ ਦਿੱਤਾ ਕਿ ਸਰਕਾਰ ਨੇ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਹਨ। ਕਿਸਾਨਾਂ ਦਾ 138 ਕਰੋੜ ਰੁਪਇਆ ਸਹਿਕਾਰੀ ਮਿੱਲਾਂ ਵੱਲ ਬਕਾਇਆ ਸੀ, ਜਿਨ੍ਹਾਂ ਵਿੱਚੋਂ 25 ਕਰੋੜ ਰੁਪਏ ਪਿਛਲੇ ਹਫ਼ਤੇ ਜਾਰੀ ਕੀਤਾ ਗਿਆ ਸੀ ਅਤੇ 13 ਕਰੋੜ ਰੁਪਏ ਅੱਜ ਜਾਰੀ ਕੀਤੇ ਗਏ ਹਨ ਅਤੇ 20 ਕਰੋੜ ਰੁਪਏ 2-4 ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣਗੇ। ਇਸ ਲਈ ਇਹ ਧਰਨਾ 18 ਦਿਨਾਂ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ ਹੈ। ਲੋਕ ਇਨਸਾਫ਼ ਕਿਸਾਨ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਵੱਲੋਂ ਜੋ ਧਰਨਾ ਲਾਇਆ ਗਿਆ ਸੀਗਾ, ਇਹਨਾਂ ਦੀ ਜਿਹੜੀ ਸਾਰੀਆਂ ਜਾਇਜ਼ ਮੰਗਾਂ ਸੀਗੀਆਂ ਸਰਕਾਰ ਲੈਵਲ 'ਤੇ ਮੰਨੀਆਂ ਗਈਆਂ ਨੇ। ਇਹਨਾਂ ਦੇ ਮੁੱਖ ਤੌਰ 'ਤੇ 2 ਮਸਲੇ ਸੀਗੇ। ਇੱਕ ਮਸਲਾ ਸੀ ਕਿ ਕਿਸਾਨਾਂ ਦਾ ਸਹਿਕਾਰੀ ਮਿੱਲਾਂ ਵੱਲ 138 ਕਰੋੜ ਰੁਪਇਆ ਰਹਿੰਦਾ ਸੀਗਾ, 25 ਕਰੋੜ ਰੁਪਇਆ ਅਸੀਂ ਪਿਛਲੇ ਹਫ਼ਤੇ ਰਿਲੀਜ਼ ਕਰ ਦਿੱਤਾ ਸੀਗਾ, 13 ਕਰੋੜ ਰੁਪਇਆ ਅੱਜ ਰਿਲੀਜ਼ ਹੋ ਗਿਆ ਅਤੇ 20 ਕਰੋੜ ਰੁਪਇਆ 1 ਜਾਂ 2 ਦਿਨ 'ਚ ਰਿਲੀਜ਼ ਹੋ ਜਾਏਗਾ। ਅਤੇ ਜੋ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ, ਮੈਨੇਜਮੈਂਟ ਵੱਲੋਂ ਭਰੋਸਾ ਦਿੱਤਾ ਗਿਆ, ਉਹ ਇਹ ਕਿਹਾ ਗਿਆ ਹੈ ਕਿ ਬਾਕੀ ਦਾ ਜਿਹੜਾ ਪੈਸਾ ਰਹਿੰਦਾ 80 ਕਰੋੜ ਰੁਪਇਆ ਉਹ 31 ਮਾਰਚ ਤੱਕ ਕਲੀਅਰ ਹੋ ਜਾਵੇਗਾ। ਇਸੇ ਪ੍ਰਕਾਰ ਸਾਡੀ ਜਿਹੜੀ ਪ੍ਰਾਈਵੇਟ ਮਿੱਲ ਹੈ ਕੀੜੀ ਅਫਗਾਨਾ ਵਾਲੀ ਚੱਡਾ ਸ਼ੂਗਰ ਮਿੱਲ, ਉਹਨਾਂ ਦੇ ਵੀ ਅਫਸਰ ਮੈਂ ਬੁਲਾਏ ਸੀਗੇ। ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਕਿ ਦੇਖੋ ਕਿਸਾਨਾਂ ਦੀ ਸਮੱਸਿਆ ਬਹੁਤ ਵਾਜਿਬ ਹੈ, ਇਹ ਵਿਚਾਰੇ ਪਰੇਸ਼ਾਨ ਨੇ, ਅਤੇ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹਨਾਂ ਦਾ ਕੇਵਲ 65 ਕਰੋੜ ਰੁਪਇਆ ਰਹਿ ਗਿਆ, ਉਹ 65 ਕਰੋੜ ਰੁਪਇਆ 7 ਅਪ੍ਰੈਲ ਤੱਕ ਉਹ ਖਤਮ ਕਰ ਦੇਣਗੇ। ਇੱਕ ਇਹਨਾਂ ਨੇ ਮਿੱਲ ਦੀ ਕੁਛ ਕਿਤੇ ਗਲਤ ਕੰਮ ਹੋਇਆ ਹੋਏਗਾ, ਉਹਦੀ ਮੈਨੂੰ ਸ਼ਿਕਾਇਤ ਕੀਤੀ ਹੈ, ਉਹਦੇ ਵਾਸਤੇ ਮੈਂ ਇੱਕ ਇਨਕੁਆਇਰੀ ਕਮੇਟੀ ਬਣਾਈ ਹੈ ਜਿਹਦੇ ਚੇਅਰਮੈਨ ADC ਸਾਹਿਬ ਹੈਗੇ ਆ ਅਤੇ ਨਾਲ ਅਸੀਂ ਇੱਕ ਸ਼ੂਗਰ ਦੇ ਮਾਹਿਰ ਜਿਹੜੇ ਨਾਲ ਲਾ ਰਹੇ ਹਾਂ ਜਿਹੜੇ ਕਿ ਉਹਦੀ ਜਾਂਚ ਕਰਨਗੇ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਛੋਟੀਆਂ ਮੋਟੀਆਂ ਸਮੱਸਿਆ ਆਉਂਦੀਆਂ ਨੇ ਮੇਲੇ ਦੇ ਨਾਲ ਕੋਈ ਪਰਚੀਆਂ ਨੂੰ ਲੈ ਕੇ, ਉਹਦੇ ਅਸੀਂ ਇੱਕ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕਰ ਰਹੇ ਹਾਂ ਜਿਹਦਾ ਚੇਅਰਮੈਨ ਮੈਂ ਹੋਵਾਂਗਾ, ਨਾਲ ADC ਸਾਹਿਬ ਹੋਣਗੇ, ਪੁਲਿਸ ਦੇ ਇੱਕ ਨੁਮਾਇੰਦੇ ਨਾਲ ਲੈ ਲਾਂਗੇ। ਅਸੀਂ 15 'ਚ ਇੱਕ ਵਾਰੀ ਮਿਲ ਕੇ ਉਹ ਵੀ ਹੱਲ ਕਰਿਆ ਕਰਾਂਗੇ ਅਤੇ ਆਪਾਂ ਕੱਲ੍ਹ ਦੇ ਅਨਾਊਂਸਮੈਂਟ ਵੀ ਕਰ ਰਹੇ ਹਾਂ। ਇਹ ਤਾਂ ਉਹ ਅਸੀਂ ਮਸਲੇ ਜਿਹੜੇ ਕਿਸਾਨਾਂ ਦੇ ਖੜ੍ਹੇ ਹੋ ਗਏ, ਪਰ ਕਿਸਾਨ ਦੀ ਆਮਦਨੀ ਵਧੇ, ਕਿਸਾਨ ਨੂੰ ਇੱਥੇ ਆ ਕੇ ਦੌੜਨੀਆਂ ਪਵੇ। ਅਸੀਂ ਇੱਕ ਸਕੀਮ ਬਣਾਈ ਹੈ ਖੁਸ਼ਹਾਲੀ ਸਕੀਮ, ਉਹਦੇ ਅਸੀਂ ਕਿਸਾਨਾਂ ਨੂੰ ਕੁਝ ਧੰਦੇ ਸ਼ੁਰੂ ਕਰਵਾ ਰਹੇ ਹਾਂ ਔਰ ਉਹ ਵੀ ਵਨ ਜਿਹਨੂੰ ਕਹਿੰਦੇ ਨੇ ਸਿੰਗਲ ਵਿੰਡੋ ਕਲੀਅਰੈਂਸ ਦੇ ਵਿੱਚ, ਕਿ ਕਿਸਾਨ ਨੂੰ ਕਿਤੇ ਜਾਣਾ ਨਹੀਂ ਪਏਗਾ। ਸਾਡੀ ਕੋਸ਼ਿਸ਼ ਇਹ ਹੈ ਵੀ ਕਿਸਾਨ ਨੂੰ 5,000 ਤੋਂ ਲੈ ਕੇ 20,000 ਰੁਪਏ ਤੱਕ ਮਹੀਨੇ ਦੀ ਆਮਦਨੀ ਸ਼ੁਰੂ ਹੋ ਜਾਵੇ। ਜਿਹੜਾ ਕਿਸਾਨ ਕੋਈ ਧੰਦਾ ਕਰ ਸਕਦਾ ਉਹਨੂੰ ਧੰਦਾ ਕਰਵਾ ਕੇ ਦੇਵਾਂਗੇ, ਜਿਹੜਾ ਵਿਚਾਰਾ ਕੋਈ ਕੰਮ ਨਹੀਂ ਕਰ ਸਕਦਾ ਉਹਨੂੰ ਮਨਰੇਗਾ ਜੋਬ ਕਾਰਡ ਬਣਾ ਕੇ ਘੱਟੋ ਘੱਟ 50,000 ਰੁਪਏ ਉਹਦੇ ਮਹੀਨੇ ਸਾਲ ਦਾ ਉਹਨੂੰ ਦਵਾਈਏ। ਇਹ ਸਾਰੀ ਸਕੀਮਾਂ ਸ਼ੁਰੂ ਕੀਤੀਆਂ ਨੇ, ਜੋ ਵਾਅਦਾ ਕੀਤਾ ਜੀ ਧਰਨਾ ਖਤਮ ਹੋ ਗਿਆ, ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਵੀ ਵਿਚਾਰੇ ਘਰੋਂ ਆਏ ਨੇ, ਪਰੇਸ਼ਾਨ ਨੇ, ਆਪਣੇ ਘਰ ਜਾ ਕੇ ਆਰਾਮ ਕਰਨਗੇ ਅਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਜਿਹੜੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੇ, ਹੋਰ ਵੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਨੇ, ਟੋਬੇ ਨੇ ਸਫਾਈ ਨੂੰ ਲੈ ਕੇ ਨੇ, ਅਸੀਂ ਉਹਦੇ ਲਈ ਵੀ 500-600 ਕਰੋੜ ਰੁਪਏ ਦਾ ਪਲਾਨ ਤਿਆਰ ਕੀਤਾ ਕਿ ਪੀਣ ਵਾਲੇ ਪਾਣੀ ਵਾਸਤੇ ਔਰ ਗੰਦੇ ਪਾਣੀ ਨਿਕਾਸੀ ਲਈ 600 ਕਰੋੜ ਦੀ ਇਨਵੈਸਟਮੈਂਟ ਕਰੀਏ। ਅਤੇ ਸਾਡੇ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜਥੇਬੰਦੀ ਨੇ ਫੈਸਲਾ ਕੀਤਾ ਕਿ ਧਰਨਾ ਆਪਣਾ ਚੁੱਕ ਲਿਆ ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਕੰਮ ਠੀਕ ਠਾਕ ਹੋ ਗਿਆ ਅਤੇ ਮੈਨੂੰ ਆਸ ਹੈ ਕਿ ਅਸੀਂ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਅਸੀਂ 1000%। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਹੈ ਕਿ ਉਹਨਾਂ ਦੀ ਸਰਕਾਰ ਨਾਲ ਗੱਲ ਹੋ ਗਈ ਹੈ ਅਤੇ ਹੁਣ ਤੱਕ ਸਹਿਕਾਰੀ ਮਿੱਲਾਂ ਵੱਲ ਜੋ ਬਕਾਇਆ ਸੀ ਉਸ ਵਿੱਚੋਂ 45 ਕਰੋੜ ਰੁਪਏ ਪਹਿਲਾਂ ਜਾਰੀ ਹੋ ਗਏ ਹਨ। ਅੱਜ 18ਵੇਂ ਦਿਨ ਆ ਕੇ ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸਪੁਰ ਇੱਥੇ ਪਹੁੰਚੇ ਨੇ ਸਾਡੇ ਕੋਲ ਧਰਨੇ ਦੇ ਨਾਲ, SSP ਸਾਹਿਬ ਵੀ ਆਏ ਨੇ। ਉਹਨਾਂ ਨੇ ਆ ਕੇ ਸਾਨੂੰ ਇਹ ਆਸ਼ਵਾਸਨ ਜਿਹੜਾ ਦਵਾਇਆ ਵੀ ਬਹੁਤ ਸਾਰਾ ਪੈਸਾ ਜਿਹੜਾ ਜਿਸ ਤਰ੍ਹਾਂ 45 ਕਰੋੜ ਇੱਕ ਪੈ ਗਿਆ, 13 ਕਰੋੜ ਫਿਰ ਪੈ ਗਿਆ, 58 ਕਰੋੜ ਹੋ ਗਿਆ ਅਤੇ 20 ਕਰੋੜ ਜਿਹੜਾ ਉਹਦੇ ਬਿੱਲ ਪਾਸ ਹੋ ਗਿਆ। 100 ਕਰੋੜ ਸਰਕਾਰ ਵੱਲ ਰਹਿ ਗਿਆ, ਉਹ ਉਹਨਾਂ ਨੇ 80 ਕਰੋੜ ਬਾਕੀ ਜਿਹੜਾ ਰਹਿੰਦਾ ਉਹ ਉਹਨਾਂ ਨੇ ਕਿਹਾ ਕਿ 31 ਮਾਰਚ ਤੱਕ ਜਿਹੜਾ ਇਹ ਸਾਰਾ ਪੈਸਾ ਸਹਿਕਾਰੀ ਮਿੱਲਾਂ ਵੱਲ ਜਿਹੜਾ ਬਕਾਇਆ ਸੀ ਉਹ ਖਾਤਿਆਂ 'ਚ ਪੈ ਜਾਏਗਾ ਅਤੇ ਜਿਹੜਾ ਪ੍ਰਾਈਵੇਟ ਮਿੱਲਾਂ ਵੱਲ ਹੈ
ਉਹ 7 ਅਪ੍ਰੈਲ ਤੱਕ ਜਿਹੜਾ ਉਹ ਸਾਰੇ ਦਾ ਸਾਰਾ ਪੈਸਾ ਜਿਹੜਾ ਉਹ ਵੀ ਕਿਸਾਨਾਂ ਨੂੰ ਜਿਹੜਾ ਮਿਲ ਜਾਏਗਾ। ਅਤੇ ਜਿਹੜੀਆਂ ਹੋਰ ਮੰਗਾਂ ਨੇ, ਜਿਸ ਤਰ੍ਹਾਂ ਕਿ ਇੱਥੇ ਨਵੇਂ ਪਲਾਂਟ ਲੱਗਣ ਦੀਆਂ ਗੱਲ ਆ ਜਿਹੜੀ ਗੁਰਦਾਸਪੁਰ ਦੇ ਵਿੱਚ, ਉਹ ਵੀ ਉਹਨਾਂ ਨੇ ਕਿਹਾ ਵੀ ਟੈਂਡਰ ਜਿਹੜੇ ਨੇ ਹੋ ਰਹੇ ਨੇ ਅਤੇ ਇਹਦੇ ਵਿੱਚ ਜਿਹੜਾ ਜਲਦੀ ਮਿਲਾਂ ਜਿਹੜੀਆਂ ਨੇ ਉਹਨਾਂ ਦਾ ਕੰਮ ਵੀ ਜਿਹੜਾ ਸ਼ੁਰੂ ਹੋ ਜਾਏਗਾ। ਸੋ ਇਸ ਮਿਲ ਦੇ ਵਿੱਚ ਜਿਹੜਾ ਸਕੈਂਡਲ ਹੋਇਆ ਉਹਦੇ ਸੰਬੰਧ ਵਿੱਚ ਵੀ ਅਸਾਂ ਗੱਲ ਕੀਤੀ ਹੈ, ਤਾਂ ਵੀ ਉਹਨਾਂ ਨੇ ਆਸ਼ਵਾਸਨ ਦਿੱਤਾ ਸਾਨੂੰ ਕਿ ਇਹ ਇਨਕੁਆਇਰੀ ਜਿਹੜੀ ਆ ਅਸੀਂ ਜਿਹੜੀ ਕਰਾਵਾਂਗੇ। ਸੋ ਜਿਸ ਕਰਕੇ ਮੈਂ ਕਿਸਾਨਾਂ ਦੇ ਨਾਲ ਸਾਰਿਆਂ ਨਾਲ ਇਹ ਜੋ ਮੰਗਾਂ ਸਾਡੀਆਂ ਉਹਨਾਂ ਨੇ ਸਹਿਮਤੀ ਦਿੱਤੀ ਆ, ਜੋ ਉਹਨਾਂ ਨੇ ਦੱਸਿਆ ਸਾਨੂੰ, ਇਹ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਅਤੇ ਅਸੀਂ ਇਹਨੂੰ ਪ੍ਰਵਾਨਗੀ ਦਿੱਤੀ ਆ। ਅਤੇ ਅੱਜ ਦਾ ਜਿਹੜਾ ਧਰਨਾ ਇਹ ਅਸੀਂ ਮੁਲਤਵੀ ਕਰ ਰਹੇ ਹਾਂ ਕਿ ਅੱਜ ਤੁਹਾਡੇ ਸਾਹਮਣੇ ਉਹਨਾਂ ਵੀ ਖੁਦ ਕਿਹਾ ਕਿ ਜੇ ਤੁਹਾਡੀਆਂ ਮੰਗਾਂ 'ਚ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਤੁਸੀਂ ਫਿਰ ਲਾ ਸਕਦੇ। ਕਿੰਨੇ ਕਰੋੜ ਰੁਪਏ ਪੈ ਗਿਆ ਹੁਣ ਤਾਂ ਧਰਨੇ ਦੌਰਾਨ? ਧਰਨੇ ਦੁਆਰ ਜਿਹੜਾ ਜੀ ਉਹ 45 ਅਤੇ 13 58 ਅਤੇ 20 78 ਕਰੋੜ ਰੁਪਇਆ ਜਿਹੜਾ ਉਹ ਪੈ ਚੁੱਕਾ। ਹੁਣ ਧਰਨਾ ਜਿਹੜਾ ਅੱਜ ਅਸੀਂ ਮੁਲਤਵੀ ਕਰ ਰਹੇ ਹਾਂ, ਨਾ ਕਿ ਸਮਾਪਤ ਕਰ ਰਹੇ ਹਾਂ। ਇਹ ਜੇ ਜਿੰਨਾ ਚਿਰ ਸਾਨੂੰ ਪੈਸੇ ਅਜੇ, ਕਿਉਂਕਿ ਆਸ਼ਵਾਸਨ ਹੁਣ ਤੱਕ ਸਰਕਾਰਾਂ ਨੇ ਬੜੇ ਬਿਲਕੁਲ ਅੱਜ ਧਰਨਾ ਸੀ ਇੱਥੋਂ ਜਿਹੜਾ ਉਹ ਚੁੱਕ ਰਹੇ ਹਾਂ, ਗੇਟ ਵੀ ਸਾਰੇ ਖੋਲ ਰਹੇ ਹਾਂ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਨਾਲ ਮਮਤਾ ਕੁਮਾਰ ਦੀ ਰਿਪੋਰਟ।